ਗਾਲਾਂ ਗੁਣਾ ਕੱਢਣ ਲੱਗੇ ਜੀ ਉਹ ਮੁੰਡਾ ਛੋਟਾ। ਇਹਨੇ ਇਹ ਮੇਰੇ ਬ੍ਰਦਰ ਨੇ ਕਿਹਾ ਕਿ ਚੱਲ ਮੈਂ ਤੇਰੀ ਮੰਮੀ ਕੋਲ ਜਾ ਕੇ ਆਉਂਦਾ। ਉਹ ਘਰੇ ਗਿਆ ਜੀ, ਅੱਗੇ ਉਹ ਇਹ ਮੁੰਡਾ ਪਤਾ ਕੀ ਕਹਿੰਦਾ, ਕਹਿੰਦਾ ਤੂੰ ਮੇਰੇ ਘਰੇ ਜਾ ਕੇ ਕੀ ਕਰ ਲਏਗਾ, ਮੇਰੇ ਘਰਦਿਆਂ ਨੂੰ ਐਂ ਕਰਕੇ ਆਇਆ ਵਾ, ਮੇਰੇ ਬਾਰੇ ਬੋਲ ਕੇ ਆਇਆ ਵਾ। ਇਹ ਕਹਿੰਦਾ ਜੀ ਠੀਕ ਆ, ਮੈਂ ਤਾਂ ਜੋ ਕਹਿਣਾ ਸੀਗਾ ਕਹਿਤਾ ਤੇਰੇ ਘਰੇ ਜਾ ਕੇ। ਅੱਗੋ ਉਹ ਮੁੰਡਾ ਜਿਹੜਾ ਆਇਆ ਵਾ ਜਿਹਦੇ ਨਾਲ ਲੜਾਈ ਸੀ, ਉਹ 25-30 ਮੁੰਡੇ ਇਕੱਠੇ ਕਰਕੇ ਲਿਆਏ ਜੀ, ਵੱਡੇ ਵੱਡੇ ਦਾਤ। ਇਹ ਤਾਂ ਜੀ ਪਤਾ ਹੀ ਨਹੀਂ ਕਿਹੜੀ ਗੱਲ ਚੱਕ ਰਿਹਾ, ਕੋਈ ਕੁੜੀ ਵਾਲਾ ਨੰਬਰ ਨਹੀਂ ਹੈਗਾ। ਹਾਂ ਮੌਕੇ ਤੇ CCTV ਲੱਗੀ ਹੈਗਾ ਜੀ, ਜਿੱਥੇ ਮੈਂ ਕੰਮ ਕਰਦਾ ਉੱਥੇ ਵੀ CCTV ਹੈਗੇ ਵਾ। ਸਾਡੀ ਭਾਜੀ ਮੇਰੇ ਤੋਂ ਆਈ ਸੀਗੀ, ਇਹ ਮੁੰਡਾ ਸੂਰਜ ਅਤੇ ਅੰਕਿਤ, ਉਹ ਕੁੜੀ ਸਾਡੀ ਨੇ ਨੰਬਰ ਉਹਨੂੰ ਦਿੱਤਾ ਸੀ ਫੋਨ ਨੰਬਰ, ਅਤੇ ਸਾਡੇ ਉਹਨੂੰ ਕੁੱਟਿਆ ਸੀ, ਇਹਨੂੰ ਸੂਰਜ ਨੂੰ ਅਤੇ ਅੰਕਿਤ ਨੂੰ। ਸੌ ਬੰਦੇ ਬੁਲਾਉਂਦਾ, ਗੁੰਡੇ ਬੁਲਾਉਂਦਾ ਸ਼ਹਿਰ ਦੇ ਕਿ ਵੀ ਮੇਰੀ ਬਣੇ ਦਬਸ। ਜਿੱਦਾਂ ਵੱਡਾ ਪਰਿਵਾਰ ਹੋਵੇ ਕਦੇ ਡਰਦਾ ਯਾਰ, ਜਿੱਦਾਂ ਵੱਡਾ ਪਰਿਵਾਰ ਹੋਵੇ ਡਰਦਾ ਕੋਈ ਬੰਦਾ ਨਹੀਂ ਡਰਦਾ ਬਈ। ਭਾਈ ਮੇਰਾ ਨਾਮ ਅੰਕਿਤ ਹੈਗਾ ਵਾ, ਅਤੇ ਮੈਂ ਮਸਲਾ ਇਹ ਸੀਗਾ ਜੀ, ਇੱਕ ਮੁੰਡਾ ਸੀਗਾ ਇਹਨਾਂ ਦੇ ਮਤਲਬ ਸਾਡੇ ਮੁਹੱਲੇ ਦਾ ਹੀ, ਉਹ ਕਿਤੇ ਲੰਘ ਰਿਹਾ ਹੋਣਾ, ਮੇਰਾ ਬ੍ਰਦਰ ਮੋਟਰਸਾਈਕਲ 'ਤੇ ਆ ਰਿਹਾ ਸੀਗਾ ਦਾਣਾ ਮੰਡੀ ਰੋੜਾ ਪਹਿਲਾਂ। ਸੂਰਜ ਜਿਹੜਾ ਅੰਦਰ ਹੈਗਾ ਜੀ ਉਹ ਸੀਰੀਅਸ ਹੈਗਾ, ਇਹਨਾਂ ਨੇ ਕੀ ਕੀਤਾ ਪਹਿਲਾਂ ਬਹਿਸ ਬੂਸ ਕੀਤੀ, ਇਹ ਗਾਲਾਂ ਗੁਣਾ ਕੱਢਣ ਲੱਗੇ ਜੀ ਉਹ ਮੁੰਡਾ ਛੋਟਾ। ਉਹਨੇ ਇਹ ਮੇਰੇ ਬ੍ਰਦਰ ਨੇ ਕਿਹਾ ਕਿ ਚੱਲ ਮੈਂ ਤੇਰੀ ਮੰਮੀ ਕੋਲ ਜਾ ਕੇ ਆਉਂਦਾ। ਉਹ ਘਰੇ ਗਿਆ ਜੀ, ਅੱਗੇ ਉਹ ਇਹ ਮੁੰਡਾ ਪਤਾ ਕੀ ਕਹਿੰਦਾ, ਕਹਿੰਦਾ ਤੂੰ ਮੇਰੇ ਘਰੇ ਜਾ ਕੇ ਕੀ ਕਰ ਲਏਗਾ, ਮੇਰੇ ਘਰਦਿਆਂ ਨੂੰ ਐਂ ਕਰਕੇ ਆਇਆ ਵਾ, ਮੇਰੇ ਬਾਰੇ ਬੋਲ ਕੇ ਆਇਆ ਵਾ। ਇਹ ਕਹਿੰਦਾ ਜੀ ਠੀਕ ਆ, ਮੈਂ ਤਾਂ ਜੋ ਕਹਿਣਾ ਸੀਗਾ ਕਹਿਤਾ ਤੇਰੇ ਘਰੇ ਜਾ ਕੇ। ਅੱਗੋ ਉਹ ਮੁੰਡਾ ਜਿਹੜਾ ਆਇਆ ਵਾ ਜਿਹਦੇ ਨਾਲ ਲੜਾਈ ਸੀ, ਉਹ 25-30 ਮੁੰਡੇ ਇਕੱਠੇ ਕਰਕੇ ਲਿਆਏ ਜੀ, ਵੱਡੇ ਵੱਡੇ ਦਾਤ। ਮੈਂ ਆਪ ਦੇਖਿਆ ਵਾ, ਇਹਨਾਂ ਦੀ ਵੀਡੀਓ ਬਣੀ ਹੋਈ ਆ ਸੈਲੀਬ੍ਰੇਸ਼ਨ ਪਲਾਜ਼ਾ ਦੇ ਵਿੱਚ, ਤੁਸੀਂ ਦੇਖ ਸਕਦੇ ਹੋ ਇਹ ਕਿੱਦਾਂ 25-30। ਇਹ ਤਾਂ ਜੀ ਪਤਾ ਹੀ ਨਹੀਂ ਕਿਹੜੀ ਗੱਲ ਚੱਕ ਰਿਹਾ, ਕੋਈ ਕੁੜੀ ਵਾਲਾ ਨੰਬਰ ਨਹੀਂ ਹੈਗਾ, ਉਹ ਪਤਾ ਨਹੀਂ ਕਦੀ ਗੱਲ ਆ, ਇਹਨੂੰ ਤਾਂ ਯਾਦ ਵੀ ਨਹੀਂ ਹੈਗਾ, ਪਤਾ ਨਹੀਂ ਕਿਹੜੀ ਗੱਲ ਚੱਕੀ ਜਾਂਦੀ ਆ, ਇੱਦਾਂ ਦਾ ਕੋਈ ਨੋਸ਼ਨ। ਬਸ ਉਹੀ ਗੱਲ ਜਿਹੜੀ ਮੈਂ ਦੱਸੀ ਆ, ਹਥਿਆਰ ਇਹਨਾਂ ਕੋਲ ਕਿਰਪਾਨਾਂ ਸੀਗੇ, ਲੰਬੇ ਲੰਬੇ ਦਾਂ ਸੀਗੇ ਵੱਡੇ, ਮੈਂ ਆਪ ਅੱਖੋਂ ਦੇਖਿਆ। ਇਹ ਤਾਂ ਗੱਲ ਮੈਨੂੰ ਪਤਾ ਨਹੀਂ ਜੀ, ਕੁੜੀ ਵਾਲਾ ਸਿਸਟਮ ਤਾਂ ਸਾਨੂੰ ਵੀ ਨਹੀਂ ਪਤਾ ਕਿੱਥੋਂ ਆ ਗਿਆ ਮੌਕੇ 'ਤੇ। ਹਾਂ ਮੌਕੇ 'ਤੇ CCTV ਲੱਗੀ ਹੈਗਾ ਜੀ, ਜਿੱਥੇ ਮੈਂ ਕੰਮ ਕਰਦਾ ਉੱਥੇ ਵੀ CCTV ਹੈਗੇ ਵਾ, ਮੈਂ ਸਾਹਮਣੇ ਹੀ ਕੰਮ ਕਰਦਾ ਜਿੱਥੇ ਲੜਾਈ ਹੋਈ ਆ, ਅਤੇ ਇਹ ਸੈਲੀਬ੍ਰੇਸ਼ਨ ਜਿੱਥੇ ਇਹਨਾਂ ਨੇ ਕੁੱਟਿਆ ਵਾ ਉੱਥੇ ਦੀ ਵੀ ਵੀਡੀਓ। ਪ੍ਰਸ਼ਾਸਨ ਤੋਂ ਮੰਗ ਇਹੀ ਆ ਜੀ, ਸਾਨੂੰ ਇਨਸਾਫ ਚਾਹੀਦਾ ਵਾ, ਕੰਪਲੇਂਟ ਕਰਾਈ ਆ ਜੀ ਡਿਵੀਜ਼ਨ ਥਾਣੇ 6-6। ਹਾਂਜੀ ਸਰ ਕੀ ਨਾਮ ਹੈ ਜੀ? ਮੇਰਾ ਜੀ ਮਨੋਜ ਚਾਵਰੀਆ। ਮਸਲਾ ਕੁਛ ਨਹੀਂ ਜੀ, ਦਾਣਾ ਮੰਡੀ ਵਿੱਚ ਨਾ ਸਾਡੇ ਨਾ ਅੱਜ ਤੋਂ 8-10 ਮਹੀਨੇ ਦੀ ਗੱਲ ਆ ਜੀ, ਮੈਂ ਬੰਬੇ ਸੀਗਾ, ਸਾਡੀ ਭਾਜੀ ਮੇਰੇ ਤੋਂ ਆਈ ਸੀਗੀ, ਇਹ ਮੁੰਡਾ ਸੂਰਜ ਅਤੇ ਅੰਕਿਤ, ਉਹ ਕੁੜੀ ਸਾਡੀ ਨੇ ਨੰਬਰ ਉਹਨੂੰ ਦਿੱਤਾ ਸੀ ਫੋਨ ਨੰਬਰ, ਅਤੇ ਸਾਡੇ ਉਹਨਾਂ ਨੂੰ ਕੁੱਟਿਆ ਸੀ, ਇਹਨੂੰ ਸੂਰਜ ਨੂੰ ਅਤੇ ਅੰਕਿਤ ਨੂੰ। ਇਹਨਾਂ ਦੀ ਨਾ ਰੰਜਿਸਟਰ ਦੀ ਕੁਰਾਪੱਟੀ ਚਲਦੀ ਸੀਗੀ, ਅਤੇ ਅੱਜ ਨਾ ਜਿਹੜੀ ਸਾਡੀ ਭਾਜੀ ਆ ਉਹ ਮੇਰੀ ਭੂਆ ਦੀ ਕੁੜੀ ਹੈ, ਉਹ ਮੇਰੇ ਨਾ ਭੂਆ ਦੀ ਕੁੜੀ ਹੈ। ਹੁਣ ਜਿਹੜੇ ਮੁੰਡੇ ਮੇਰੇ ਵਿਸ਼ਾਲ ਅਤੇ ਕੀ ਨਾਮ ਆ ਵਿਸ਼ੂ, ਉਹਨਾਂ ਦੀ ਸਗੀ ਭਾਈ ਕੁੜੀ ਹੈ ਮੇਰੀ ਭੂਆ, ਅਤੇ ਅੱਜ ਨਾ ਕੋਈ ਮਾੜੀ ਮੋਟੀ ਉਹ ਮੈਚ ਖੇਡਦੀ ਸੀ ਦਾਣਾ ਮੰਡੀ ਵਿੱਚ, ਅਤੇ ਬਈ ਵਿਸ਼ੂ ਨਾਲ ਵਿਸ਼ੂ ਨਾਲ ਕੋਈ ਗੱਲਬਾਤ ਹੋਈ ਇਹਨਾਂ ਦੀ, ਮੈਨੂੰ ਨਹੀਂ ਪਤਾ ਵੀ ਕੀ ਇਹਨਾਂ ਨੂੰ, ਮੈਨੂੰ ਪਤਾ ਅਤੇ ਬਈ ਇਹਨਾਂ ਨੇ ਮੁੰਡੇ ਮੁੰਡੇ ਬੁਲਾਏ ਹੋਏ ਸੀਗੇ, ਟੋਕੇ ਟਾਕੇ ਵਧੀਆ ਸੀ ਇਹਨਾਂ ਕੋਲ, ਮੁੰਡੇ ਵਧੀਆ ਬੁਲਾਏ ਸੀਗੇ, ਉੱਥੇ ਮੋਟਰਸਾਈਕਲ ਐਕਟਿਵਾ ਪਿੱਛੇ 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 ਆਹ ਮੁੰਡਾ ਵਿਸ਼ੂ ਆ ਜੀ, ਇਹ ਭਤੀਜਾ ਲੱਗਦਾ ਮੇਰਾ, ਮੇਰੀ ਸਗੀ ਭੂਆ ਦਾ ਦੋਤਾ ਵਾ ਪੋਤਾ ਕਹਿੰਦੇ ਆ, ਅਤੇ ਸਾਨੂੰ ਪਤਾ ਲੱਗਿਆ ਵੀ ਸੂਰਜ ਨੇ ਉਹ ਹਰਕਤ ਫਿਲ ਕੀਤੀ ਹੈ, ਇਹਨੂੰ ਹਵਾ ਕੀਤੀ ਹੈ, ਕਿਹਾ ਵੀ ਤੂੰ ਐਂ ਹਰਕਤ ਕੀਤੀ ਸੀ ਮਾੜੀ ਗੱਲ ਆ, ਅਤੇ ਇੰਨੇ ਮੁੰਡੇ ਨੇ ਬੁਲਾਏ ਸੀਗੇ ਸਾਰੇ ਬਚ ਗਏ, ਇਕੱਲਾ ਬੱਚਾ ਸੂਰਜ ਟੋਕਾ ਉਹਨੇ ਮੇਰੇ ਵਿੱਚ ਕਿਹਾ, ਦੇਖੋ ਉਸਨੂੰ ਪਤਾ ਬੱਚਾ ਵੀ ਮੈਂ ਹੀ ਉਹਨੂੰ, ਉਹਦੇ ਉੱਪਰ ਨਾ ਸੀਟ ਕੈਮਰੇ ਅੰਮ੍ਰਿਤਸਰ ਵਿੱਚ ਚੱਕਰ ਲਓ, ਉਹਨੂੰ ਮੈਂ ਹੀ ਬਚਾਇਆ, ਉੱਪਰ ਪੈ ਗਿਆ ਤੇ ਮੈਂ ਮੇਰੇ ਵੀ ਬੱਚੀਆਂ,
ਮੇਰੇ ਬੱਚੀਆਂ ਨੇ, ਮੈਂ ਉਹਨੂੰ ਬਚਾਇਆ। ਪਰ ਗੱਲ ਤਾਂ ਸੂਰਜ ਦੀ ਹੈ ਵੀ ਤੂੰ ਕੰਮ ਧੰਦਾ ਕਰਦਾ ਆਪਦੇ ਕਰਿਆ ਜਾ, ਫੁਕਰਾਬੰਦੀ ਕਰਦਾ ਮੁੰਡੇ ਨਾਲ। ਵੱਡੇ ਮੁੰਡਾ ਸਰਿਆਮ ਗਰਾਊਂਡ ਦੇ ਵਿੱਚ 100 ਬੰਦੇ ਬੁਲਾਉਂਦਾ, ਗੁੰਡੇ ਬੁਲਾਉਂਦਾ ਸ਼ਹਿਰ ਦੇ ਕਿ ਵੀ ਮੇਰੀ ਬਣੇ ਦਬਸ। ਜਿੱਦਾਂ ਵੱਡਾ ਪਰਿਵਾਰ ਹੋਵੇ ਕਿਹੜੇ ਡਰਦਾ ਯਾਰ, ਜਿੱਦਾਂ ਵੱਡਾ ਪਰਿਵਾਰ ਹੋਵੇ ਡਰਦਾ ਕੋਈ ਬੰਦਾ? ਨਹੀਂ ਡਰਦਾ ਬਈ। ਹੁਣ ਭੈਣ ਦੀ ਕੋਈ ਛੱਡੂਗਾ ਔਰ ਰੇਸ ਰਹਿੰਦੀ ਹੈ ਵੀਰੇ। ਸੋ ਮੇਰੀ 18 ਸਾਲ ਹੋਣ ਵਾਲਾ ਮਾਰਚ, ਮੇਰਾ ਨਾਮ ਵਿਸ਼ੂ ਆ ਜੀ। ਤਾਂ ਪਹਿਲਾਂ ਇਹਨਾਂ ਨੇ, ਸਭ ਤੋਂ ਪਹਿਲਾਂ ਸਾਡੇ ਨਾ ਭੂਆ ਦੀ ਕੁੜੀ ਆਈ ਹੋਈ ਸੀ, ਵਿਆਹ ਸੀਗਾ ਸਾਡੇ ਘਰੇ, ਮੇਰੀ ਭੈਣ ਦਾ ਵਿਆਹ ਸੀਗਾ। ਉਦੋਂ ਇੱਕ ਅੰਕਿਤ ਨਾਂ ਦਾ ਮੁੰਡਾ ਸੀਗਾ, ਉਹਨੇ ਮੇਰੀ ਭੈਣ ਨੂੰ ਨੰਬਰ ਦਿੱਤਾ। ਅਸੀਂ ਫੋਨ ਕੀਤਾ ਤਾਂ ਸੂਰਜ ਬੋਲਿਆ, ਕਹਿੰਦਾ ਮੰਡੀ 'ਚ ਖੜਾ ਆ ਜਾਓ। ਤਾਂ ਇਹਨਾਂ ਨੇ ਸਾਡੇ ਨਾਲ ਹੱਥ ਪਾਈ। ਉਸ ਦਿਨ ਸਾਡੇ ਪੰਚਾਇਤੀ ਫੈਸਲਾ ਹੋ ਗਿਆ ਸੀ, ਉਸ ਦਿਨ ਪੁਲਿਸ ਤਾਂ ਇਹਨਾਂ ਨੇ ਪਰਚਾ ਕਰਾਇਆ ਸੀ। ਉਹ ਤੋਂ ਬਾਅਦ ਮੈਂ ਨਾ ਆਰਾਮ ਨਾਲ ਆ ਰਿਹਾ ਸੀ, ਤਾਂ ਕਿ ਇਹਨੇ ਮੋਟਰਸਾਈਕਲ ਮਾਰ ਰਿਹਾ ਮੇਰੇ ਵਿੱਚ। ਮੈਂ ਕਿਹਾ ਵੀਰੇ ਦੇਖ ਲਾ, ਇਹਨੇ ਮੈਨੂੰ ਕਹਿੰਦਾ ਮੈਂ ਤੇਰੀ ਲੱਤ ਮਾਰੂੰਗਾ, ਮੇਰੇ ਵੱਲ ਨੂੰ ਚਪੇੜਾ ਕਰਨ ਲੱਗਿਆ। ਮੈਂ ਆਪਣੇ ਭਰਾ ਨੂੰ ਕਿਹਾ, ਮੈਂ ਕਿਹਾ ਵੀਰੇ ਇੱਦਾਂ ਕਹਿ ਰਿਹਾ ਵਾ, ਮੈਂ ਕਿਹਾ ਗੱਲ ਕਰ ਲਾ ਸੂਰਜ ਵੀਰੇ। ਕਹਿੰਦਾ ਮੈਂ ਨਹੀਂ ਕਰਦਾ ਕਿਸੇ ਗੱਲ, ਮੇਰੀ ਗੱਲ ਕਰਾਓ। ਇਹੀ ਗੱਲ ਹੋਈ ਹੈ। ਬਾਅਦ 'ਚ ਮੁੰਡੇ ਮਾਂਡੇ ਇਕੱਠੇ ਕਰਕੇ ਇਹਨਾਂ ਨੇ ਸਾਡੇ ਘਰੇ ਗੇਟ ਗੁੱਟ ਪਾੜੇ ਆ, ਬਾਅਦ 'ਚ ਅਸੀਂ ਇਹਨਾਂ ਦੇ ਮਾਰਿਆ ਨੇ ਭਾਈ। ਬਸ ਇੰਨੀ ਗੱਲ ਭਾਜੀ, ਉਹਨਾਂ ਦੇ ਮੁੰਡੇ ਸੀਗੇ। ਪਹਿਲਾਂ ਉਹਨਾਂ ਨੇ ਮਾਰੇ ਜੀ ਸਾਡੇ, ਆਹ ਦੇਖੋ ਜੀ, ਪਹਿਲਾਂ ਉਹਨਾਂ ਨੇ ਸਾਡੇ ਮਾਰੇ ਜੀ। ਮੈਂ ਆਪਣੇ ਘਰੇ ਇਕੱਲੇ ਸੀਗਾ ਜੀ, ਤੇ ਮੇਰੇ ਮਾਤਾ ਸੀਗੇ ਬਾਅਦ 'ਚ ਜਦੋਂ ਸੀਗੇ ਉਹਨਾਂ ਨੇ। ਮੈਂ ਕਿਹਾ ਵੀਰੇ ਕੀ ਗੱਲ ਹੋਈ? ਉਹਨਾਂ ਨੇ ਫਿਰ ਸਾਡੇ ਮਾਰੇ, ਫਿਰ ਅਸੀਂ ਉਹਨਾਂ ਤੋਂ ਖੋ ਕੇ ਤਿਆਰ ਉਹਨਾਂ ਦੇ ਮਾਰੇ। ਮੇਰਾ ਨਾਮ ਵਿਸ਼ੂ ਆ ਜੀ।